ਇਸ ਟਾਈਮ ਬਾਈ ਜੀ ਅਸੀਂ ਨਿਕਲ ਰਹੇ ਹਾਂ ਅਲਸਫਾ ਤੋਂ, ਸਾਡੇ ਰਾਈਟ ਤਰਫ ਹੈ ਜੀ ਅਲਫੈਸਲੀਆ, ਸਿੱਧਾ ਹੈਗਾ ਜੀ ਅਜ਼ੀਜ਼ੀਆ, ਲੈਫਟ ਸਾਈਡ 'ਤੇ ਹੈ ਜੀ ਰਹਾਬ। ਅਸੀਂ ਇੱਥੋਂ ਆਉਂਗੇ ਲੈਫਟ ਹੋ ਕੇ ਅਤੇ ਨਿਕਲਾਂਗੇ ਅਸੀਂ। ਅਸਲਾਮ ਵਾਲੇਕਮ ਹਾਂਜੀ ਦੋਸਤੋ, ਕੀ ਹਾਲ ਚਾਲ, ਉਮੀਦ ਕਰਦਾ ਸਾਰੇ ਵੀਰ ਭਰਾ ਠੀਕ ਹੋਣਗੇ। ਬਾਈ ਜੀ ਅਸੀਂ ਜਾ ਰਹੇ ਹਾਂ ਡਿਊਟੀ 'ਤੇ, ਸੈਡ ਡਾਊਨ ਹੋ ਗਈ ਹੈ, ਜਾ ਰਹੇ ਹਾਂ ਅਸੀਂ ਜੱਦਾ ਤੋਂ ਗੁਰਫੇ ਦਾ, ਅਤੇ ਇਸ ਟਾਈਮ ਅਸੀਂ ਮੌਜੂਦ ਹਾਂ ਵੇਅਰ ਹਾਊਸ ਤਕਰੀਬਨ 9:45 ਦਾ ਟਾਈਮ ਆ। ਵੇਅਰ ਹਾਊਸ ਸਮਾਨ ਵਗੈਰਾ ਲੈ ਕੇ ਅਤੇ ਹੁਣ ਨਿਕਲਣ ਲੱਗੇ ਹਾਂ ਅਸੀਂ। ਰੁਕੇ ਹਾਂ ਬਾਈ ਇਸ ਟਾਈਮ ਪੈਟਰੋਲ ਪੰਪ 'ਤੇ, ਕਰਾਵਾਂਗੇ ਟੈਂਕੀ ਫੁੱਲ ਅਤੇ ਫੁੱਲ ਕਰਾ ਕੇ ਅਤੇ ਨਿਕਲਾਂਗੇ। ਲਓ ਬਾਈ ਜੀ ਟੈਂਕੀ ਹੋ ਗਈ ਫੁੱਲ ਅਤੇ ਤਕਰੀਬਨ 10 ਵਜੇ ਚੱਲੇ ਆ। ਰੁਕੇ ਹੋਏ ਰਸਤੇ ਦੇ ਵਿੱਚ ਮਕਾਮ ਪਾਕਿਸਤਾਨੀ ਆ, ਸਹੀ ਆ। ਇੱਥੇ ਬਾਈ ਜੀ ਅਸੀਂ ਪੀਵਾਂਗੇ ਚਾਹ ਲੈ ਕੇ, ਅਸੀਂ ਕਿਹਾ ਚਲੋ ਸਫ਼ਰ ਅੱਛਾ ਗੁਜ਼ਰੇਗਾ, ਸਹੀ ਆ। ਨੀਂਦ ਛੀਨ ਨਹੀਂ ਆਈ ਬੰਦੇ ਨੂੰ। ਫਿਰ ਹਾਂਜੀ ਅਸੀਂ ਪਹੁੰਚ ਗਏ ਇਸ ਟਾਈਮ ਹਫਾਰ, ਸਾਡਾ ਸਫ਼ਰ ਥੋੜ੍ਹਾ ਹੀ ਬਾਕੀ ਆ। ਹਫਾਰ ਮਰਕਜ਼ ਐ ਬਾਈ ਜੀ, ਪਹੁੰਚ ਗਏ ਅਸੀਂ ਸਾਈਡ 'ਤੇ। ਟਾਵਰ ਹੈ ਮੇਰੇ ਖਿਆਲ 60 ਮੀਟਰ ਦਾ, ਜੋ ਜੰਗਲ ਹੀ ਲੱਗ ਰਿਹਾ, ਜੰਗਲ ਹੀ। ਪਿੱਛੇ ਗੱਡੀ ਖੜ੍ਹੀ ਹੋਈ ਹੈ ਉਹਦੀ ਸ਼ੈਲਟਰ ਦੇ ਅੰਦਰ, ਅਤੇ ਹੁਣ ਦੇਖਾਂਗੇ ਉੱਥੇ ਕੀ ਮਸਲਾ ਮਸੈਲ ਆ, ਫਿਰ ਬਾਈ ਆਪਣਾ ਕੰਮ ਕਰਕੇ ਅਤੇ ਨਿਕਲਾਂਗੇ। ਇਹ ਬਾਈ ਇੱਕ ਸਾਈਡ ਆ ਅਤੇ ਇੱਕ ਸਾਈਡ ਹੋਰ ਵੀ ਹੈਗੀ, ਅਸੀਂ ਉਸ ਤੋਂ ਬਾਅਦ ਉੱਧਰ ਵੀ ਜਾਣਾ। ਦੋ ਸਾਈਡਾਂ ਹੈਗੀਆਂ, ਜੋ ਅਸੀਂ ਜੱਦਾ ਤੋਂ ਨਿਕਲੇ ਸੀਗੇ ਉਦੋਂ ਇੱਕ ਸਾਈਡ ਹੀ ਸੀਗੀ, ਦੁਬਾਰਾ ਫਿਰ ਸ਼ਿਰਕੇ ਦੀ ਕਾਲ ਆਈ, ਉਹਨੇ ਕਿਹਾ ਬਾਈ ਇੱਕ ਸਾਈਡ ਹੋਰ ਵੀ ਹੈ ਉੱਧਰ ਵੀ ਜਾਣਾ। ਸਾਈਡ ਬਾਈ ਜੀ ਇਹ 27-64 ਇੱਧਰ ਆਏ ਹੋਏ ਹਾਂ, ਹੁਣ ਇੱਧਰ ਦੇਖਦੇ ਹਾਂ ਕੀ ਸ਼ੁਗਲ ਆ। ਪਹਿਲੀ ਸਾਈਡ ਉੱਧਰ ਤਾਂ ਗਏ ਸੀਗੇ, ਲੋਕ ਨੇ ਸਾਨੂੰ ਗਲਤ ਸਾਈਡ ਦੱਸਤੀ ਸੀ, ਉੱਧਰ ਕੋਈ ਸ਼ਾਇ ਨਹੀਂ ਸੀ, ਪਰ ਹੁਣ ਅਸੀਂ ਇੱਧਰ ਜੀ ਸਾਈਡ 'ਤੇ ਆਏ ਹੋਏ ਹਾਂ। ਬਾਈ ਜੀ ਇਹ ਲੱਗਾ ਹੋਇਆ ਜੀ ਸਾਡਾ ਹਵਾ ਵੀ ਦਾ ਲਿੰਕ, ਸਹੀ ਹੈ। ਅਤੇ ਇਹ ਦੇਖ ਰਹੇ ਹੁਣ ਕੇਬਲ ਸ਼ੇਬਲ ਦੀ ਸੈਟਿੰਗ ਸ਼ੂਟਿੰਗ ਕੀਤੀ ਆ, ਪਾਵਰ ਦੁਬਾਰਾ ਲਾਈ ਹੋਈ ਆ, ਹੁਣ ਦੇਖ ਰਹੇ ਹਾਂ ਕਿ ਬਲਿੰਕਿੰਗ ਹੋਈ ਨੇ ਸ਼ੁਰੂ ਨਹੀਂ ਕੀਤੀ, ਦੇਖਦੇ ਹਾਂ ਕਿ ਕਰਦੀ ਹੈ ਜਾਂ ਨਹੀਂ ਕਰਦੀ, ਜਾਂ ਸ਼ੈਲਟਰ ਦੇ ਅੰਦਰ ਮਸਲਾ ਆ, ਜਾਂ ਉੱਪਰ ਟਾਵਰ 'ਤੇ ਜਾਣਾ ਪਏਗਾ। ਕਰ ਰਹੀ ਲਓ ਜੀ ਬਲਿੰਕਿੰਗ ਸ਼ੁਰੂ ਕਰਤੀ ਹੈ, ਇੱਧਰ ਤਾਂ ਕੰਮ ਹੋ ਗਿਆ ਓਕੇ। ਬਾਕੀ ਬਾਈ ਜੀ ਕੰਮ ਜਿਹੜਾ ਹੁਣ ਹੋ ਰਿਹਾ ਲੈਪਟੋਪ 'ਤੇ ਲਾਇਆ ਹੋਇਆ, ਸਹੀ ਆ। ਅਤੇ ਇਹ ਲਾ ਕੇ ਅਤੇ ਫਿਰ ਥੋੜ੍ਹਾ ਬਹੁਤਾ ਕੰਮ ਬਾਕੀ ਲਾ ਕੇ ਅਤੇ ਫਿਰ ਨਿਕਲਾਂਗੇ ਅਸੀਂ। ਹੁਣ ਥੋੜ੍ਹਾ ਜਿਹਾ ਕੰਮ ਅੱਲਾ ਖੈਰ ਰੱਖੇ ਬਾਕੀ ਰਹਿ ਗਿਆ। ਇਸਕੇ ਉੱਪਰ ਵੀ ਲੱਗੇਗੀ ਟਾਈ ਇੱਧਰ, ਇਹ ਵੀ ਬੰਦ ਕਰਨਾ ਵੀ ਇਹ ਲੈ ਲਓ ਇਸਕੀ 25-26 ਹਜ਼ਾਰ ਪਿਕਚਰ ਲੈ ਲਓ। ਚਲੋ ਇਹ ਹੋ ਰਿਹਾ ਜੀ ਬੰਦ ਅਤੇ ਸਾਡਾ ਹੋ ਗਿਆ ਕੰਮ ਜੀ ਐਂਡ, ਸਹੀ ਹੋ ਗਿਆ। ਅਤੇ ਇਸ ਤੋਂ ਬਾਅਦ ਅੱਲਾ ਖੈਰ ਰੱਖੇ ਤਕਰੀਬਨ ਕੋਈ 4 ਵਜੇ ਨਾਲੇ ਆ ਨਿਕਲਾਂਗੇ ਵਾਪਸ ਗੁਰਫਿਦਾ ਤੋਂ ਜੱਦਾ। ਹੈਲੋ ਬਾਈ ਜੀ ਫਜਰ ਦੀ ਨਮਾਜ਼ ਦਾ ਟਾਈਮ ਹੋ ਗਿਆ, ਇੱਥੇ ਅਸੀਂ ਰੁਕਾਂਗੇ
ਪੈਟਰੋਲ ਪੰਪ 'ਤੇ ਇੱਥੇ ਪੜਾਂਗੇ ਨਮਾਜ਼। ਨਮਾਜ਼ ਤੋਂ ਬਾਅਦ ਬਾਕੀ ਫਿਰ ਅਸੀਂ ਆਪਣੇ ਸਫ਼ਰ ਦਾ ਆਗਾਜ਼ ਕਰਾਂਗੇ। ਫਿਰ ਬਾਈ ਜੀ ਲਾਗੇ ਰਸਤੇ ਦੇ ਵਿੱਚ ਭੁੱਖ ਸਾਨੂੰ, ਅਤੇ ਨਮਾਜ਼ ਤੋਂ ਬਾਅਦ ਖਾ ਰਹੇ ਹਾਂ ਹੁਣ ਅਸੀਂ ਸੇਬ। ਨਾਸ਼ਤਾ ਜਾ ਕੇ ਕਰਾਂਗੇ ਅਸੀਂ ਬਾਈ ਜੀ ਜੱਦਾ ਜਾਵਾਂਗੇ। ਬਾਈ ਜੀ ਰਾਤੀ ਨਿਕਲੇ ਸੀ ਅਸੀਂ ਜੱਦੇ ਤੋਂ ਤਕਰੀਬਨ 10 ਵਜੇ, ਸਹੀ ਹੋ ਗਿਆ ਸਾਡੀ ਰਾਤ ਜਾਣ ਆਉਣ ਦੇ ਵਿੱਚ ਅਤੇ ਕੰਮ 'ਤੇ ਗੁਜ਼ਰ ਗਈ। ਅਤੇ ਬਾਈ ਜੀ ਹੁਣ ਤਕਰੀਬਨ 6:30 ਦਾ ਟਾਈਮ ਹੋ ਗਿਆ ਅਤੇ ਸਾਡਾ ਸਫ਼ਰ ਤਕਰੀਬਨ ਹਜੇ ਹੋਰ ਘੰਟੇ ਦਾ ਸਫ਼ਰ ਹਜੇ ਸਾਡਾ ਬਾਕੀ ਹੈਗਾ ਵਾ। ਇਨਸ਼ਾਅੱਲਾ ਅਸੀਂ ਘੰਟੇ ਤੱਕ ਜੱਦਾ ਪਹੁੰਚ ਜਾਣਾ। ਬਾਕੀ ਮੌਸਮ ਭਾਈ ਨੇ ਥੋੜ੍ਹੀ ਜਿਹੀ ਨੀਂਦ ਆਉਣ ਲੱਗ ਪਈ ਸੀਗੀ ਅਤੇ ਉਹਨਾਂ ਨੇ ਕਿਹਾ ਚਲੋ ਥੋੜ੍ਹੀ ਜਿਹੀ ਰੈਸਟ ਕਰ ਲੈਂਦੇ ਹਾਂ, ਗੱਡੀ ਉਹਨਾਂ ਨੇ ਰੋਕੀ ਹੋਈ ਆ। ਅਤੇ ਇਹ ਦੇਖੋ ਸਹੀ ਆ ਅਤੇ ਉਹ ਗੱਡੀ ਦੇ ਵਿੱਚ ਹੀ ਆ ਅਤੇ ਮੈਂ ਕਿਹਾ ਜਦੋਂ ਮੈਂ ਜ਼ਰਾ ਕੁ ਬਾਹਰ ਦਾ ਨਜ਼ਾਰਾ ਲੈ ਕੇ ਆਉਂਦਾ, ਬਾਹਰ ਦੀ ਹਵਾ ਸ਼ਵਾ ਲੈ ਕੇ ਨਾ ਜ਼ਰਾ ਫਿਰ ਤੁਰ ਕੇ ਆਉਂਦਾ, ਕਿਉਂਕਿ ਸਾਰੀ ਰਾਤ ਵੀ ਲੰਘ ਗਈ ਕੰਮ 'ਤੇ ਹੀ ਅਤੇ ਉਸ ਤੋਂ ਬਾਅਦ ਗੱਡੀ 'ਚ ਬੈਠੇ ਰਹੇ ਹਾਂ। ਅਤੇ ਥੋੜ੍ਹੀ ਜਿਹੀ ਮੈਂ ਕਿਹਾ ਵਾਕ ਕਰਕੇ ਆਉਂਦਾ ਅਤੇ ਮੈਂ ਨਿਕਲਿਆ ਹੋਇਆ ਬਾਹਰ, ਬਿਲਕੁਲ ਰੋਡ ਗੁਜ਼ਾਰੇ ਆ। ਮੌਸਮ ਬਾਈ ਨੇ ਕੋਈ 10-15 ਮਿੰਟ ਰੈਸਟ ਅਤੇ ਹੁਣ ਅਸੀਂ ਨਿਕਲਣ ਲੱਗੇ ਹਾਂ ਜੱਦਾ। ਹੈਲੋ ਬਾਈ ਜੀ, ਅਸੀਂ ਘਰ ਪਹੁੰਚ ਚੱਲੇ ਹਾਂ ਅਤੇ ਇੱਥੇ ਬਾਈ ਜੀ ਕਰਦੇ ਹਾਂ ਵੀਡੀਓ ਦਾ ਐਂਡ। ਤੋ ਜੇ ਇੱਥੇ ਬੰਗਾਲੀ ਬਾਈ ਵੀ ਆ ਗਿਆ, ਇਨਸ਼ਾਅੱਲਾ ਮਿਲਾਂਗੇ ਨਈ ਵੀਡੀਓ ਨਾਲ। ਉਨੀ ਦੇਰ ਤੱਕ ਰੱਬ ਰਾਖਾ।